ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਚੈਨਲ ਸਟੂਡੀਓ ਦੇ ਵਿੱਚ ਅੱਜ ਖਾਸ ਤੌਰ ਤੇ ਸਤਕਾਰਯੋਗ ਹਸਤੀ ਬਾਬਾ ਨਰਿੰਦਰ ਸਿੰਘ ਜੀ ਜੋ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਜਿੱਥੇ ਅੰਗਿੱਠਾ ਸਾਹਿਬ ਦੀ ਸੇਵਾ ਕਰਦੇ ਆ ਸਤਿਗੁਰਾਂ ਦੇ ਪਾਵਨ ਸਰੂਪ ਜੋ ਬਿਰਧ ਹੋ ਜਾਂਦੇ ਆ ਗੁਟਕਾ ਸਾਹਿਬ ਬਿਰਧ ਹੋ ਜਾਂਦੇ ਆ ਉਹਨਾਂ ਦੀ ਸੇਵਾ ਕਰਨੀ ਇਹ ਬਾਬਾ ਜੀ ਹਰਾਂ ਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਮਾਨਤਾ ਪ੍ਰਾਪਤ ਹੈ ਤੇ ਸਤ ਗੁਰਾਂ ਦੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਬਾਬਾ ਜੀ ਨੇ ਬਾਰੇ ਹਨ ਤੇ ਸਿੱਖ ਚੈਨਲ ਸਟੂਡੀਓ ਦੇ ਵਿੱਚ ਬਾਬਾ ਜੀ ਹੋਰਾਂ ਦਾ ਪਹੁੰਚਣ ਦਾ ਅਸੀਂ ਸਵਾਗਤ ਕਰਦੇ ਆਂ ਵੈਲਕਮ ਕਹਿੰਨੇ ਆ ਜੀ ਆਇਆਂ ਨੂੰ ਕਹਿੰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਅਸੀਂ ਇਹ ਜਾਣਕਾਰੀ ਲੈਣਾ ਚਾਹਾਂਗੇ ਸੰਗਤਾਂ ਵੈਸੇ ਤਾਂ ਬਹੁਤ ਸਾਰੀਆਂ ਜਾਣਦੀਆਂ ਗੋਇੰਦਵਾਲ ਸਾਹਿਬ ਵੀ ਜਾ ਕੇ ਦਰਸ਼ਨ ਕਰਦੇ ਆ ਕਿ ਇਹ ਸੇਵਾ ਸੰਭਾਲ ਜਿਹੜੀ ਹੈ ਅੰਗੀਠਾ ਸਾਹਿਬ ਦੀ ਸਤਗੁਰਾਂ ਦੇ ਪਾਵਨ ਸਰੂਪ ਜੋ ਬਿਰਧ ਹੋ ਜਾਂਦੀ ਹੈ ਗੁਟਕਾ ਸਾਹਿਬ ਬਿਰਧ ਹੋ ਜਾਂਦੀ ਹੈ ਇਹ ਕਦੋਂ ਤੁਹਾਨੂੰ ਪ੍ਰਾਪਤ ਹੋਈ ਪਹਿਲੇ ਇਹ ਸ਼ਰਮਣੀ ਕਮੇਟੀ ਇਹ ਸੇਵਾ ਅਨਭਾਰੀ ਸੀ ਸ੍ਰੀ ਗੋਇੰਦਵਾਲ ਸਾਹਿਬ ਜੀ ਉਹਨਾਂ ਨੇ ਕੱਚਾ ਅੰਗੀਠਾ ਸਾਹਿਬ ਬਣਾਇਆ ਹੋਇਆ ਸੀਗਾ ਜੀ ਜਿਹਦੇ ਵਿੱਚ ਉਹ ਸੇਵਾ ਕਰਦੇ ਹੁੰਦੇ ਸੀਗੇ ਤੇ ਦਾਸ ਵੀ ਇੱਕ ਦਿਨ ਉਹ ਸੇਵਾ ਦੇਖਣ ਗਿਆ ਜੀ ਤੇ ਸੇਵਾ ਦੇ ਵਿੱਚ ਸਤਿਗੁਰੂ ਜੀ ਦਾ ਸਤਕਾਰ ਦੀ ਘਾਟ ਕਮੀ ਬਹੁਤ ਚੰਗੀ ਤਰ੍ਹਾਂ ਦੇਖੀ ਹਾਂਜੀ ਪੱਤਰੇ ਉੱਡਦੇ ਆ ਸ਼ਿਵ ਸੇਵਾ ਸਹੀ ਨਹੀਂ ਹੋ ਰਹੀ ਤੇ ਫਿਰ ਇਹ ਆ ਕੇ ਅਸੀਂ ਲੁਧਿਆਣੇ ਜੀ ਇਸੇ ਸੇਵਾ ਨੂੰ ਯਤਨ ਕੀਤਾ ਕਰਨ ਦਾ ਜੀ ਤੇ ਗੁਰੂ ਸਾਹਿਬ ਕੋ ਅਸੀਂ ਅਰਦਾਸ ਬੇਨਤੀਆਂ ਕੀਤੀਆਂ ਕਿ ਮਹਾਰਾਜ ਉਹ ਸਤ ਸਤਕਾਰ ਸੇਵਾ ਦਾ ਹੋਰ ਹੋਵੇ ਕੋਈ ਯੁਗਤੀ ਤਰੀਕਾ ਢੰਗ ਸਾਨੂੰ ਸਮਝਾਓ ਅਸੀਂ ਸਾਡੀ ਬੁੱਧੀ ਤੇ ਹੁਜੀ ਸਾਡੀ ਵੀ ਹੈਗੀ ਆ ਫਿਰ ਸਤਿਗੁਰ ਦੀ ਕਿਰਪਾ ਨਾਲ ਸਾਨੂੰ ਕੋਈ ਸੁਰਤ 'ਚ ਬੈਠਿਆ ਹਾਂ ਨੂੰ 15 20 20 ਪੁਆਇੰਟ ਦੱਸੇ ਗਏ ਜੀ ਜਦੋਂ ਨਾਮ ਸਿਮਰਨਾ ਸੁਰਤ ਸੰਭਾਲ ਕਰਦੇ ਸੀ ਤੁਸੀਂ ਆਪਣੇ ਬੈਠੇ ਹੋਏ ਨੂੰ ਉਸ ਟਾਈਮ ਤੁਹਾਡੇ ਮਹਾਰਾਜ ਨੇ ਕਿਰਪਾ ਕਰਕੇ ਤੇ ਸੇਵਾ ਸੰਭਾਲਦੇ ਜਿਹੜੇ ਸੀਗੇ ਢੰਗ ਤਰੀਕੇ 'ਚ ਦੱਸੇ ਗਏ ਉਹ ਅਸੀਂ ਭੁੱਲ ਗਏ ਹਾਂਜੀ ਉੱਠਣ ਤੋਂ ਬਾਅਦ ਜੀ ਫਿਰ ਬੇਨਤੀ ਕੀਤੀ ਫਿਰ ਕਿ ਅਸੀਂ ਕਾਪੀ ਤੇ ਪੈਨਸਲ ਲੈ ਕੇ ਲਿਖ ਲਿਆ ਹਾਂਜੀ ਜੋ ਜੋ ਉਹਨਾਂ ਨੇ ਬੋਲਿਆ ਉਹਦੇ ਤਰੀਕੇ ਨਾਲ ਗਿਠਾ ਸਾਹਿਬ ਬਣਾਇਆ ਗਿਆ ਹਾਂਜੀ ਉਸੇ ਤਰੀਕੇ ਨਾਲ ਮਾਰਾ ਸ਼੍ਰੀਪੰਦਰ ਰੱਖ ਕੇ ਅਗਣ ਪੇਂਟ ਕੀਤੇ ਗਏ ਉਹ ਸਾਰੇ ਸੰਪੂਰਨ ਤੌਰ ਤੇ ਸੇਵਾ ਹੋ ਗਈ ਕੋਈ ਪੱਤਰਾ ਨਾ ਰਿਹਾ ਸਾਫ ਕੰਪਲੀਟ ਸੇਵਾ ਹੋਈ ਉਹ ਫਿਰ ਅਸੀਂ ਸ਼ਰਮਣੀ ਕਮੇਟੀ ਨੂੰ ਜਾ ਕੇ ਕਿਹਾ ਉਹਨਾਂ ਨੇ ਸਾਨੂੰ ਇਹ 97 ਚ ਸੇਵਾ ਦੇ ਦਿੱਤੀ 1997 ਚ ਇਹ ਤੁਹਾਨੂੰ ਸੇਵਾ ਗੋਇੰਦਵਾਲ ਸਾਹਿਬ ਦੀ ਮਿਲੀ ਗੋਇੰਦਵਾਲ ਸਾਹਿਬ ਜੇਤੀ ਉੱਥੇ ਮਹੀਨੇ ਚ ਦੋ ਵਾਰੀ ਸੇਵਾ ਦੂਜਾ ਚੌਥਾ ਐਤਵਾਰ ਸੇਵਾ ਪੱਕੀ ਉਦੋਂ ਤੋਂ ਚੱਲ ਰਹੀ ਹੈ 15 ਸਾਲ ਹੋ ਗਏ ਜੀ ਉਸ ਤੋਂ ਬਾਅਦ ਹੁਣ ਇਹ ਸਵਾਲ ਹੈ ਅਸੀਂ ਕਿਵੇਂ ਕਰਦੇ ਆ ਹਾਂਜੀ ਇਹ ਆਪਾਂ ਵੀ ਦੱਸ ਦਈਏ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਜਾਂ ਚੰਗੀ ਹਾਲ ਦੇ ਸਰੂਪ ਜਿਸ ਤਰ੍ਹਾਂ ਉਹ ਭੇਜਦੇ ਆ ਆਪਣੇ ਉਹਨਾਂ ਤੋਂ ਬਿਰਧ ਕਰਕੇ ਭੇਜ ਦਿੰਦੇ ਆ ਜੀ ਅਸੀਂ ਉਹਨਾਂ ਨੂੰ ਬਿਰਧ ਨਹੀਂ ਮੰਨਦੇ ਹੁੰਦੇ ਜਦੋਂ ਤੱਕ ਆਪ ਦਰਸ਼ਨ ਨਾ ਕਰੀਏ ਜੀ ਹਰ ਸਰੂਪ ਦੇ ਤਿੰਨ ਤਿੰਨ ਵਾਰੀ ਦਰਸ਼ਨ ਸਿੰਘ ਕਰਦੇ ਆ ਜੀ ਉਹਨਾਂ ਦੇ ਪੰਨੇ ਬਿਰਧ ਨੋਟ ਕਰੀ ਜਾਂਦੇ ਆ ਫਿਰ ਜਦੋਂ ਦੇਖਿਆ ਵੀ 20 ਤੋਂ ਉੱਪਰ ਨੇ ਪਤ ਪੰਨੇ ਵੀ ਪੁਰਪਰੇ ਹੋ ਗਏ ਆ ਫਟੇ ਹੋਏ ਆ ਜਲਦਾਂ ਟੁੱਟੀਆਂ ਹੋਈਆਂ ਉਹਨਾਂ ਨੂੰ ਅਸੀਂ ਮਾਰਕ ਕਰ ਦਿੰਨੇ ਆ ਉਸ ਰੂਪ ਜਿਹੜੇ ਆ ਅਗਣ ਭੇਟ ਹੋਣਗੇ ਪ੍ਰਕਾਸ਼ਯੋਗ ਨਹੀਂ ਜਿਹੜੇ ਜਿਹੜੇ ਚੰਗੀ ਹਾਲਤ ਦੇ ਹੁੰਦੇ ਆ ਨਵੀਆਂ ਜਲਦਾਂ ਬਣ ਕੇ ਕੁਝ ਪੰਨੇ ਬਦਲ ਕੇ ਤੇ ਉਹ ਅਸੀਂ ਭੇਟਾ ਰਹਿ ਦੇ ਦਿੰਨੇ ਆ 9700 ਸਰੂਪ ਗੁਰੂ ਮਹਾਰਾਜੀ ਦੇ ਗੁਰਦੁਆਰਿਆਂ ਦੀ ਸੰਗਤਾਂ ਨੂੰ ਦਿੱਤੇ ਗਏ ਉੱਥੋਂ ਬਕਾਇਦਾ ਰਜਿਸਟਰਡ ਰੱਖ ਕੇ ਦਸਤਖਤ ਕਰਾ ਕੇ ਚੰਗੀ ਹਾਲ ਦਾ ਸਰੂਪ ਕੋਈ ਵੀ ਅਗਣ ਪੇੜ ਨਹੀਂ ਹੁੰਦਾ ਸਿਰਫ ਉਹ ਹੁੰਦੇ ਆ ਜਿਹੜੇ ਪ੍ਰਕਾਸ਼ਯੋਗ ਨਹੀਂ ਹੈਗੇ ਜੀ ਕੁਛ ਅਸੀਂ ਆਪਣੇ ਆਪ ਵੀ ਸੇਵਾਸਾਰੀ ਉੱਥੇ ਨਿਭਾਉਣੇ ਮਸ਼ੀਨਾਂ ਰੱਖੀਆਂ ਆਸ਼ੀਏ ਕੱਟ ਲੈਣੇ ਆ ਹਾਂਜੀ ਤੇ ਇਸ ਤਰ੍ਹਾਂ ਗੁਟਕਾ ਸਾਹਿਬ ਵੀ ਉਹ ਕਰਦੇ ਆ ਜਿਹੜੇ ਪ੍ਰਕਾਸ਼ਯੋਗ ਨਹੀਂ ਜਿਹੜੇ ਪੜਨ ਯੋਗ ਨਹੀਂ ਰਹੇਗੇ ਜੀ ਬਹੁਤ ਵਿਰਧ ਹੋ ਕੇ ਬਾਕੀ ਉਥੇ ਸਟਾਲ ਲਾ ਕੇ ਜੀ ਚੰਗੀ ਹਾਲ ਦੇ ਸਾਰੇ ਗੁਟਕੇ ਭੇੜਾ ਰਹਿ ਤੇ ਉਥੇ ਦਿੱਤੇ ਜਾਂਦੇ ਆ ਸੰਤਾਂ ਨੂੰ ਦੇ ਦਿੱਤੇ ਜਾਂਦੇ ਆ ਜਾਂ ਜਿੱਥੇ ਸਤਗੁਰਾਂ ਦੇ ਪਵਨ ਸਰੂਪ ਜਰੂਰ ਤੇ ਆ ਗੁਰਦਸਾ ਉਥੇ ਦਿੱਤੇ ਜਾਂਦੇ ਆ ਤੇ 9750 ਪਵਨ ਸਰੂਪ ਦਿੱਤੇ ਗਏ ਕਿ ਇਸੇ ਤਰ੍ਹਾਂ ਗੁਟਕਾ ਸਾਹਿਬ ਵੀ ਦਿੱਤੇ ਜਾਂਦੇ ਆ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਸਤਗੁਰਾਂ ਦੇ ਪਵਨ ਸਰੂਪ ਜਿਹੜੇ ਤੁਹਾਡੇ ਕੋਲ ਆਉਂਦੇ ਆ ਤੁਸੀਂ ਦਰਸ਼ਨ ਕਰਦੇ ਜੀ ਤੇ ਖਾਸ ਤੌਰ ਤੇ ਜਿਹੜੇ ਪ੍ਰਾਤਮ ਸਰੂਪ ਲੜੀਵਾਰ ਔਰ ਹਸਤ ਲਿਖਤ ਜਿਹੜੇ ਸਤਗੁਰਾਂ ਦੇ ਪਵਨ ਸਰੂਪ ਜਿਹੜੇ ਹੁੰਦੇ ਆ ਤੇ ਉਹ ਉਹ ਵੀ ਤੁਹਾਨੂੰ ਜਿਹੜੇ ਮਿਲਦੇ ਹੈਗੇ ਦਾਂ ਜਿਵੇਂ ਅਸੀਂ ਉਹ ਏਦਾਂ ਆ ਜੀ ਅਸੀਂ ਸਾਨੂੰ 97 ਸੇਵਾ ਮਿਲੀ ਹੈ ਜੀ 84 ਦੇ ਵਿੱਚ ਫੌਜ ਨੇ ਪਰਿਵਾਰ ਸਾਹਿਬ ਤੇ ਜਿਹੜਾ ਅਟੈਕ ਹੋਇਆ ਸਾਡੀ ਰੈਫਰੈਂਸ ਲਾਇਬ੍ਰੇਰੀ ਬਹੁਤ ਅਮੋਲਕ ਵਸਤੂਆਂ ਦੇ ਦਸਤਾਵੇਜ਼ ਬਾਣੀ ਸਾਰਾ ਕੁਝ ਸੀਗਾ ਮਾਰੇ ਸਰੂਪ ਵੀ ਸੀਗੇ ਪ੍ਰਾਤਨ ਜੀ ਤੇ ਉਹ ਸਾਰੇ ਲੱਗੇ ਕੁਝ ਅਗਲ ਲੱਗ ਗਿਆ ਹਾਂਜੀ ਸ਼ਰਮਣੀ ਕਮੇਟੀ ਨੇ ਬੜੇ ਯਤਨ ਕੀਤੇ ਉਹਨੂੰ ਵਾਪਸ ਲੈਣ ਦੇ ਪਰ ਨਹੀਂ ਮੈਂ ਸਕੇ ਅਸੀਂ ਉਹ ਪਿੰਡ-ਪਿੰਡ ਜਾ ਕੇ ਉਸ ਲਾਇਬ੍ਰੇਰੀ ਨੂੰ ਰਿਵਾਈਵ ਕਰਨ ਲਈ ਦੁਬਾਰਾ ਚਾਲੂ ਕਰਨ ਲਈ 300 ਹਸਤਲਿਖਤ ਰੂਪ ਵਾਜਾ 300 ਸਤ ਗੁਣ ਤੇ ਹਸਤਲਿਖਤ ਪੰਮ ਸਰੂਪ ਲੜੀਵਾਰ ਜੀ ਜਿਹੜਾ ਸਭੇ ਰਾਗਮਾਲਾ ਵੀ ਹੈਗੀ ਆ ਹਾਂਜੀ ਤੇ ਉਹ ਸਾਰੇ-ਸਾਰੇ ਅਸੀਂ ਰੈਫਰੈਂਸ ਲਾਇਬ੍ਰੇਰੀ ਨੂੰ ਭੇਜ ਤੇ 95 ਦਸਮ ਗ੍ਰੰਥ ਸੀਗੇ ਉਹ ਵੀ ਭੇਜੇ ਤੇ ਬਹੁਤ ਵੱਡੀ ਗਿਣਤੀ ਚ ਪੋਥੀਆਂ ਪਰਾਤਨ ਹਾਸਤ ਰਿਚ ਲਿਟਰੇਚਰ ਤਾਂ ਕਿ ਸਿਕਸ ਕਲਰ ਉਹਦੇ ਅਧਿਐਨ ਕਰਨ ਪੜ੍ਹਨ ਉਹਦੀ ਵਿਚਾਰ ਨੂੰ ਖੋਜ ਕਰਨ ਉਹ ਰੈਫਰੈਂਸ ਲੈਵਰੀ ਫਿਰ ਚਾਲੂ ਹੋ ਗਈ ਜੀ ਜੀ ਬਹੁਤ ਵਧੀਆ ਜੀ ਖਾਸ ਤੌਰ ਤੇ ਜਿਵੇਂ ਗੱਲ ਕਰਦੇ ਆ ਸਤਗੁਰ ਪਾਉਣ ਸਰੂਪ ਦੀ ਤੇ ਜਿਵੇਂ ਚਤਰ ਸਿੰਘ ਜੀਵਨ ਸਿੰਘ ਦੀ ਫਰਮ ਜੇ ਸਤਗੁਰ ਪਾਉਣ ਸਰੂਪ ਪਹਿਲਾਂ ਛਾਪਦੇ ਹੁੰਦੇ ਸੀ ਤੇ ਉੱਥੇ ਵੀ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸਟ੍ਰਿੰਗ ਆਪਰੇਸ਼ਨ ਕੀਤਾ ਉੱਥੇ ਕਿ ਉਹ ਕਿਦਾਂ ਜਿਹੜੇ ਅਤਿਰਾਜਜੋਗ ਜਗ੍ਹਾ ਜਿਹੜੀਆਂ ਉੱਥੇ ਵੀ ਸਤਗੁਰ ਪਾਤਸ਼ਾਹ ਨੂੰ ਭੇਜਦੇ ਆ ਤੇ ਉੱਥੇ ਜਦੋਂ ਅਸੀਂ ਤਿੰਨ ਵਾਰੀ ਜਾ ਕੇ ਆਪਰੇਸ਼ਨ ਕੀਤਾ ਤੇ ਇੱਕ ਵਾਰੀ ਕੀ ਹੋਇਆ ਕਿ ਪਿੰਡ ਵਾਲੇ ਕੋ ਛਾਏ ਕਹਿੰਦੇ ਜੀ ਇਹ ਬਿਰਦ ਸਰੂਪ ਅਸੀਂ ਦੇਣ ਆਏ ਆ ਇੱਥੇ ਤੇ ਸਤਗੁਰਾਂ ਦੇ ਹੋਰ ਨਵੇਂ ਸਰੂਪ ਲੈਣ ਵਾਸਤੇ ਆਏ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਦਰਸ਼ਨ ਕਰ ਸਕਦੇ ਆ ਅਸੀਂ ਜਦੋਂ ਦਰਸ਼ਨ ਕੀਤੇ ਤਾਂ ਪਾਵਨ ਸਰੂਪ ਜਿਹੜੇ ਸੀ ਉਹ ਲੜੀਵਾਰ ਸੀ ਹਸਤਲਿਤ ਸੀ ਤੇ ਉਹਨਾਂ ਦੀ ਸਿਰਫ ਜਿਲਤ ਜਿਹੜੀ ਸੀ ਥੋੜੀ ਕਮਜ਼ੋਰ ਹੋਈ ਸੀ ਤੇ ਉਹ ਉਹ ਜਿਹੜੇ ਕਹਿੰਦੇ ਵੀ ਇਹ ਬਿਰਦ ਹੋ ਗਿਆ ਸੀ ਕਹਿੰਦੇ ਵੀ ਇਹ ਬਿਰਦ ਨਹੀਂ ਇਹਦੀ ਤਾਂ ਸੇਵਾ ਹੋ ਸਕਦੀ ਹੈ ਇਹਦੀ ਜਿਲਤ ਜਿਹੜੀ ਉਹ ਕਹਿਣ ਲੱਗੇ ਜਿਹੜੇ ਸੀ ਦੁਕਾਨ ਵਾਲੇ ਕਿਤੇ ਜਿੰਨੇ ਜਿਲਤ ਤੇ ਮਾਇਆ ਲੱਗਣੀ ਹੈ ਉਨੀ ਮਾਇਆ ਨਾਲ ਤਾਂ ਅਸੀਂ ਸਤਗੁਰਾਂ ਦੇ ਨਵੇਂ ਪਾਵਨ ਸਰੂਪ ਦੇ ਦੇਣੇ ਆ ਲੇਕਿਨ ਅਸੀਂ ਕਿਹਾ ਨਹੀਂ ਅਸੀਂ ਇਹਦੀ ਜਿਲਤ ਬਣਵਾਣੀ ਹੈ ਜਿਲਤ ਬਣਵਾ ਕੇ ਸਤਗੁਰਾਂ ਦੇ ਪਾਵਨ ਸਰੂਪ ਉਥੋਂ ਲਿਆਂਦੇਗੇ ਇਸ ਤਰ੍ਹਾਂ ਤੁਹਾਡੇ ਕੋਲ ਵੀ ਬਹੁਤ ਸਾਰੇ ਸਰੂਪ ਪਹੁੰਚਦੇ ਹੈ ਔਰ ਆਮ ਤੌਰ ਤੇ ਕਈ ਵਾਰੀ ਪਿੰਡਾਂ ਦੇ ਵਿੱਚ ਮੈਂ ਇਹ ਵੀ ਦੇਖਿਆ ਹੈ ਕਿ ਜਿਹੜੇ ਗ੍ਰੰਥੀ ਸਿੰਘ ਪਹਿਲਾਂ ਬੜੇ ਵਿਦਵਾਨ ਹੁੰਦੇ ਸੀ ਹੂੰ ਹੂੰ ਪੂਰੀ ਪ੍ਰੋਪਰ ਸੰਥਿਆ ਲਈ ਹੁੰਦੀ ਸੀ ਤੇ ਉਹ ਲੜੀਵਾਰ ਸਤਗੁਰਾਂ ਦੇ ਪਾਵਨ ਸਰੂਪ ਤੋਂ ਪਾਠ ਕਰਦੇ ਸੀ ਠੀਕ ਹੈ ਅੱਜਕੱਲ ਕੀ ਹੈ ਕਿ ਕਈ ਜਿਹੜੇ ਹੈਗੇ ਆ ਕਿ ਅੱਜਕੱਲ ਐਜੂਕੇਸ਼ਨ ਨਹੀਂ ਉਹਨਾਂ ਦੀ ਉਹਨਾਂ ਨੇ ਪ੍ਰੋਪਰ ਕਿਸੇ ਸੰਸਥਾ ਤੋਂ ਜਿਹੜੀ ਹੈ ਸਿੱਖਿਆ ਨਹੀਂ ਲਈ ਹੁੰਦੀ ਗੁਰਬਾਣੀ ਦੀ ਉਦਾਂ ਹੀ ਜਿਹੜਾ ਦੁਨਿਆਵੀ ਪੜਾਈ ਕਰਕੇ ਤੇ ਉਹ ਗ੍ਰੰਥੀ ਸਿੰਘ ਲੱਗ ਜਾਂਦੇ ਆ ਫਿਰ ਉਹਨਾਂ ਨੂੰ ਲੜੀਵਾਰ ਸਤਕਉਂ ਦੇ ਪਾਉਂਸਰੂਪ ਤੋਂ ਪਾਸ ਕਰ ਨਹੀਂ ਸਕਦੇ ਤੇ ਉਹ ਫਿਰ ਬਹਾਨਾ ਬਣਾਉਂਦੇ ਇਹੀ ਹੈ ਕਿ ਸਤਕਉਂ ਦਾ ਸਰੂਪ ਵਿਰਧ ਹੋ ਗਿਆ ਤੇ ਫਿਰ ਉਹ ਪਦਸ਼ੀਹਦਾਰੇ ਜਿਹੜੇ ਹੈ ਸਰੂਪ ਲੈ ਆਉਂਦੇ ਨੇ ਇਦਾਂ ਦੇ ਕੇਸ ਵੀ ਕਾਫੀ ਸਾਹਮਣੇ ਆਉਂਦੇ ਆ ਇਹ ਤੇ ਤੁਸੀਂ ਜਿਹੜੀ ਗੱਲ ਆ ਉਹ ਦੁਕਾਨਦਾਰਾਂ ਵਪਾਰੀ ਬੰਦੇ ਆ ਉਹਨਾਂ ਨੇ ਤੇ ਹਰ ਰੂਪ ਨੂੰ ਵਿਦ ਕਰਾਰ ਦੇ ਕੇ ਉਹਨਾਂ ਨੇ ਨਵੇਂ ਵੇਚਨ ਦਾ ਦੁਕਾਨਦਾਰੀ ਚਲਾਈ ਆ ਚਲਾਈ ਸੀ ਹਾਂ ਜੀ ਤੇ ਜਿਹੜਾ ਤੁਸੀਂ ਕਹਿੰਦੇ ਪਿੰਡਾਂ ਦੀ ਸਬਜੈਕਟ ਉਹ ਠੀਕ ਆ ਹਾਂ ਜੀ ਉਹ ਲੜੀਵਾਰ ਸਰੂਪਾਂ ਦੇ ਪਾਠ ਨਹੀਂ ਕਰ ਸਕਦੇ ਇਸ ਲਈ ਉਹ ਵੀ ਚੰਗੀ ਹਾਲਤ ਦੇ ਹੁੰਦੇ ਸਾਨੂੰ ਭੇਜ ਦਿੰਦੇ ਆ ਅਸੀਂ ਲਈ ਨਵੀਂ ਲੜੀਵਾਰ ਸਰੂਪ ਉਹ ਜਿਹੜੇ ਰੱਖੇ ਸੀ ਉਹਨਾਂ ਦੀ ਸਵਾਲ ਕਰਕੇ ਸਿਰ ਸੰਗਤਾਂ ਨੂੰ ਜਿਹੜੇ ਪਾਠ ਕਰਨ ਵਾਲੇ ਉਹਨੂੰ ਦੇ ਦਿੰਨੇ ਆ ਜੀ ਜੇ ਤਾਂ ਉਹਨਾਂ ਦੀ ਸਹੀ ਕਰਕੇ ਜੀ ਜੀ ਸਾਡਾ ਕੰਮ ਸੇਵਾ ਦਾ ਵਾ ਜੀ ਜਿਹੜੇ ਵੀ ਸਰੂਪ ਆਉਣਾ ਉਹ ਪਣ ਯੋਗਾ ਉਹਨੂੰ ਕਦੇ ਵੀ ਅਗਨ ਭੇਡ ਨਹੀਂ ਕਰਨਾ ਰਿਪੇਅਰ ਕਰਨੀਆਂ ਜੀ ਪਾਂਗ ਵੀ ਬਦਲ ਦਿੰਨੇ ਆ 10 10 ਸੰਗ ਬਦਲ 10 ਸੰਗ ਬਦਲ ਦਿੰਨੇ ਆ ਜੀ ਨਵੀਆਂ ਜਲ ਤਾਂ ਬੰਦੇ ਹਾਸ਼ੀ ਕੱਟਣ ਦੀਆਂ ਮਸ਼ੀਨਾ ਹੈਗੀਆਂ ਰੰਗ ਵੀ ਕਰਦੇ ਆ ਬਿਲਕੁਲ ਨਵੇਂ ਵਰਗੇ ਬਣ ਜਾਂਦਾ ਬਿਲਕੁਲ ਤੇ ਇਹਦੇ ਨਾਲ ਹੋਰ ਬਾਬਾ ਜੀ ਜਦੋਂ ਸਤੂਗੁਰਾਂ ਦੇ ਪਾਵਨ ਸਰੂਪ ਜਦੋਂ ਅਗਨ ਭੇਟ ਕੀਤੇ ਜਾਂਦੇ ਆ ਤਾਂ ਉਦੋਂ ਕਿੰਨੀਆਂ ਸੰਗਤਾਂ ਜਿਹੜੀਆਂ ਉੱਥੇ ਆਉਂਦੀਆਂ ਤੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਕਿਸ ਤਰੀਕੇ ਨਾਲ ਨਿਭਾਈ ਜਾਂਦੀਆਂ ਇਹ ਕਿਤੇ ਇਹ ਸੇਵਾ ਇੰਡੀਆ ਦੇ ਸ਼੍ਰੀ ਗੋਇੰਦਵਾਲ ਸਾਹਿਬ ਦੁਜਾ ਚੌਥਾ ਐਤਵਾਰ ਹਾਂਜੀ ਉੱਥੇ ਬਹੁਤ ਵੱਡੀ ਗਿਣਤੀ ਮਾਝੇ ਤੋਂ ਦੁਆਬੇ ਤੋਂ ਬਰੇਸ਼ਾ ਤੋਂ ਵੀ ਆਉਂਦੀ ਹੈ ਜੀ ਉਹ ਸਾਡੀ ਸੇਵਾ ਸ਼ੁਰੂ ਹੁੰਦੀ ਆ 9 ਵਜੇ ਹਾਂਜੀ 7 ਵਜੇ ਲੈਣਾ ਲਗਣੀ ਸ਼ੁਰੂ ਹੋ ਜਾਂਦੀਆਂ ਜੀ ਸਾਰੀ ਸੰਗਤ ਨੂੰ ਸੇਵਾ ਦਿੱਤੀ ਜਾਂਦੀ ਆ ਚਾਹੜ ਸਾਫ ਕਰਨ ਦੀ ਛਤਰ ਚਲਾਉਣ ਦੀ ਤੇ ਮਾਰੇ ਸਰੂਪ ਸੀਸ ਤੇ ਰੱਖ ਕੇ ਲਿਜਾਣ ਦੀ ਇਹ ਸਤਕਾਰ ਨੂੰ ਦੇਖਦੇ ਹੋਇਆ ਸਾਰੀਆਂ ਸੰਗਤਾਂ ਪਹਿਲਾਂ ਹੀ ਲੈਣਾ ਲਾ ਕੇ ਖੜ ਜਾਂਦੀਆਂ ਨੇ ਹਾਂਜੀ ਤੇ ਜਦੋਂ ਸੇਵਾ ਸ਼ੁਰੂ ਹੁੰਦੀ ਫਿਰ ਉਹ ਸਾਰਿਆਂ ਨੇ ਵਾਰੀ ਵਾਰੀ ਸ਼ਿਵਾਲੈਂਡੀਆਂ ਚਾਰ ਚਾਰ ਪੰਜ ਪੰਜ ਹਜ਼ਾਰ ਦੇ ਕਰੀਬ ਸੰਗਤ ਉੱਥੇ ਗੋਇੰਦਗਰ ਸਾਹਿਬ ਆਉਂਦੀ ਹੈ ਦੂਜਾ ਚੌਥਾ ਐਤਵਾਰ ਪੱਕਾ ਜੋ ਕਦੇ ਵੀ ਕਰ ਇਧਰੋਂ ਯੂਕੇ ਤੋਂ ਇਧਰੋਂ ਕੋਈ ਜਾਣ ਸੰਗਤਾਂ ਮੌਕਾ ਮਿਲਤ ਉਹ ਸੇਵਾ ਜ਼ਰੂਰ ਹਾਜ਼ਰੀ ਭਰ ਕੇ ਆਉਣ ਦੇਖਣ ਉਹ ਸਾਹਿਬ ਦਾ ਕਿੰਨਾ ਸਤਕਾਰ ਹੁੰਦਾ ਉਸ ਤੋਂ ਬਾਅਦ ਫਿਰ ਸਿਮਰਨ ਦਾ ਪ੍ਰੋਗਰਾਮ ਹੁੰਦਾ ਦਿੱਲੀ ਕੋਲ ਗੁਰਦੁਆਰਾ ਕਮਿਟੀ ਨੇ ਸਾਨੂੰ ਮਜੂਨ ਕਟੇਲਾ ਸੇਵਾ ਦਿੱਤੀ ਹੋਈ ਆ ਉੱਥੇ ਵੀ ਇਦਾਂ ਹੀ ਸੇਵਾ ਕਰਦੇ ਆ ਲੁਧਿਆਣਾ ਰਾਮਗੜ੍ਹ ਭੁੱਲਰ ਨਥਵਾਨ ਹਰਿਆਣਾ ਹਾਜ਼ਰਬਾਦ ਇਹ ਸੇਵਾ ਦੇ ਸਥਾਨ ਜਿਹੜੇ ਹੈਗੇ ਆ ਇਹ ਅਸੀਂ ਇਹਨਾਂ ਸਥਾਨਾਂ ਨੂੰ ਕੋਈ ਡੇਰਾ ਨਹੀਂ ਬਣ ਦਿੱਤਾ ਹਾਂਜੀ ਇਹ ਸਾਰੇ ਸ੍ਰੀ ਗੁਰੂਆਂ ਸਾਹਿਬ ਜੀ ਦੇ ਨਾਂ ਤੇ ਲਵਾਤੇ ਆ ਬਹੁਤ ਹੀ ਵਧੀਆ ਯਾਨੀ ਕਿ ਇਹ ਸੇਵਾਵਾਂ ਜਿਵੇਂ ਤੁਸੀਂ ਦੱਸਿਆ ਇੰਡੀਆ ਦੇ ਵਿੱਚ ਪੁੱਲਰਪਿੰਡ ਵਿੱਚ ਆ ਲੁਧਿਆਣੇ ਵਿੱਚ ਆ ਜਾਂ ਦਿੱਲੀ ਵਿੱਚ ਆ ਇਹ ਸੇਵਾਵਾਂ ਚੱਲਦੀਆਂ ਤੇ ਇਹ ਇੰਡੀਆ ਤੋਂ ਬਾਹਰ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਰੂਰਤ ਹੈ ਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਬਾਹਰ ਵਿਦੇਸ਼ਾਂ 'ਚ ਰਹਿੰਦੀਆਂ ਤੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਅੰਗਿੱਠਾ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਗਈ ਸਭ ਤੋਂ ਪਹਿਲਾਂ ਕੀਨੀਆ ਭੀਸ਼ੀ ਸੇਵਾ ਕਿਨੀਆਂ ਅਫਰੀਕਾ ਵਿੱਚ ਹੈ ਹਾਂਜੀ ਅਫਰੀਕਾ ਯਕੀਨੀਆ ਕਿਨੀਆਂ ਨਰੋਬੀ ਨਰੋਬੀ ਜੀ ਨਰੋਬੀ ਪ੍ਰੋਪਰ ਅੱਛਾ ਜੀ ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਉੱਥੇ ਜਾ ਕੇ ਗਿੱਠਾ ਸਭ ਬਣਾ ਕੇ ਗੁਰਦੁਆਰਾ ਸਾਹਿਬ 'ਚ ਉੱਥੇ ਸੇਵਾ ਬਹੁਤ ਪੁਰਾਣੀ ਬਹੁਤ ਵਿਰਦ ਸਰੂਪ ਕਾਫੀ ਲੰਬੇ ਸਮੇਂ ਤੋਂ ਜਿਹਨਾਂ ਦੀ ਸੰਭਾਲ ਨਹੀਂ ਸੀ ਹੁੰਦੀ ਉਹਨਾਂ ਦੇ ਰਮਾਲ ਰਮਾਲੇ ਵੀ ਪਏ ਪਏ ਮਲੇ ਹੋਏ ਹੋਏ ਸੀਗੇ ਮਿੱਟੀ ਚੜ੍ਹੀ ਹੋਈ ਸੀਗੀ ਜੀ ਤੇ ਉਹ ਇਦਾਂ ਗੁਰਦਾਰ ਨੇ ਸੰਭਾਲ ਵੀ ਨਹੀਂ ਸੀ ਬਹੁਤ ਵੱਡੀ ਗਿਣਤੀ ਸੀਗੀ ਹਾਂਜੀ ਉਹ ਫਿਰ ਗੁਟਕਾ ਸਾਹਿਬ ਵੀ ਇਦਾਂ ਹੀ ਸੀਗੇ ਪਏ ਫਿਰ ਉਹ ਜਾ ਕੇ ਸੇਵਾ ਉੱਥੇ ਸਭ ਤੋਂ ਪਹਿਲਾਂ ਕੀਤੀ ਜੀ ਉਹ ਹੁਣ ਉਹ ਦੋ ਵਾਰੀ ਸਾਨੂੰ ਜਾਣਾ ਪਿਆ ਉੱਥੇ ਹਾਂਜੀ બીજી ਵਾਰੀ ਫਿਰ ਵੀ ਤਾਂ ਕਿ ਉਹਨਾਂ ਨੂੰ ਸੇਵਾ ਦਾ ਸਮਝ ਨਹੀਂ ਸੀ ਆਰੀ ਕਿਵੇਂ ਕਰੀ ਉਹਨੂੰ ਦੁਬਾਰਾ ਫਿਰ ਬੁਲਾਇਆ ਜੀ ਹੁਣ ਇਸ ਤੋਂ ਬਾਅਦ ਇਹ ਸਭ ਤੋਂ ਪਹਿਸ਼ 2004 ਚ ਜੀ ਟ੍ਰਾਂਟੋ ਸੇਵਾ ਹੋਈ ਸੀ ਅਸੀਂ ਇੱਕ ਮੋਬਾਈਲ ਜਿਹਾ ਉਹਨਾਂ ਨੇ ਵੈਂਡ ਬਣਾਈ ਸੀ ਜਿੱਥੇ ਸੇਵਾ ਨਹੀਂ ਸੀ ਹੋ ਸਕਦੀ ਪ੍ਰਾਪਰ ਹਾਂਜੀ 4-5 ਰੁਪਏ ਆਉਂਦੇ ਸੀ ਬਹੁਤ ਛੋਟਾ ਜਿਹਾ ਸੀਗਾ ਜੀ ਤੋਂ ਉਸ ਤੋਂ ਬਾਅਦ ਪੱਕਾ ਅਗੀਠਾ ਸਾਹਿਬ 2012 ਚ ਬਣਾਇਆ ਟ੍ਰਾਂਟੋ ਹਾਂਜੀ ਪਿਛਲੇ ਸਾਲ ਸੇਵਾ ਹੋਈ ਜੀ ਹੁਣ ਇੱਥੇ 29 ਜੂਨ ਨੂੰ ਉਸ ਇੰਗੀਠਾ ਦਾ ਨਵਾਂ ਬਣਿਆ ਉੱਥੇ ਜੀ ਦੁਬਾਰਾ ਸੇਵਾ ਹੋਈ ਹੈ ਸਰੀ ਸਰੀ ਜਿਹੜਾ ਵੈਨਕੂਵਰ ਦੇ ਵਿੱਚ ਹਾਂਜੀ ਟ੍ਰਾਂਟੋ ਤੇ ਵੈਨਕੂਵਰ ਦੋ ਜਗਾਂ ਅੰਗੀਠਾ ਦੀ ਸੇਵਾ ਹੈ ਹਾਂ 22 ਜੂਨ ਉੱਥੇ ਸੇਵਾ ਹੋਈ ਹੈ ਬੜੀ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਉੱਥੇ ਆਈਆਂ ਜਿਹੜੇ ਇੱਥੇ ਤੁਹਾਡੇ ਚੈਨਲ ਤੇ ਇੰਟਰਵਿਊ ਹੋਈ ਹੈ ਇੱਥੇ ਉੱਥੇ ਮੇਰੇ 5-6 ਇੰਟਰਵਿਊ ਹੋਈਆਂ ਸਾਰੀਆਂ ਸਿੱਖ ਸੰਗਤਾਂ ਨੂੰ ਜਾਣਕਾਰੀ ਹੋਈ ਬੜੀ ਵੱਡੀ ਕਿੰਨੀ ਸੇਵਾ ਚਾਹੀਆਂ ਸਭ ਨੇ ਸੇਵਾ ਕੀਤੀ ਆਪ ਵਾਜੀ ਵਾ ਇਹ ਸੰਗਤੂ ਰੂਪੇ ਸੇਵਾ ਪੰਜਾਬ ਸਿੰਘਾਂ ਦੀ ਗਵਾਈ ਚ ਛਤਰ ਝੁਲਦੇ ਹੋਏ ਚੌੜ ਸਾਹਿਬ ਕਰਦੇ ਬੜੀ ਵੱਡੀ ਕਿੰਨੀ 40 50 ਛਤਰ ਹੁੰਦੇ ਆ ਇੱਕ ਵੱਡਾ ਲੈਣਾ ਦੋ ਲੈਣਾ ਇੱਕ ਵਾਰੀ ਸਿੰਘਾਂ ਦੀ ਆਉਗੀ ਵਾਰੀ ਇੱਕ ਵਾਰੀ ਬੀਬੀਆਂ ਦੀ ਸਭ ਨੂੰ ਸੇਵਾ ਦਿੰਨੇ ਆ ਤੇ ਗੁਰੂ ਸਾਹਿਬ ਦਾ ਸਤਿਕਾਰ ਤੁਸੀਂ ਆਪ ਕਰੋ ਆਪ ਚੌੜ ਸਾਹਿਬ ਕਰੋ ਇੱਕ ਆ ਇੱਕ ਬੰਦਾ ਸਰੀਰ ਛੱਡ ਜਾਏ ਹਾਂਜੀ ਜੀਵਨ ਉਹਦਾ ਕਿੰਨਾ ਗਲਤ ਹੋਵੇ ਸ਼ੇਤਾਨ ਹੋਵੇ ਬਦਮਾਸ਼ ਹੋਵੇ ਛੋਟ ਲਫੰਗਾ ਹੋਵੇ ਹਾਂਜੀ ਉਹਦੇ ਲਈ ਖੰਡ ਪਾਠ ਕਰਕੇ ਭੋਗ ਪਾਉਣੇ ਸੰਗਤਾਂ ਨੂੰ ਬੁਲਾਉਣੇ ਆ ਜੀ ਸਾਰੇ ਇਕੱਠੇ ਹੁੰਦੇ ਆ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜਿਹਨਾਂ ਕੋਈ ਦਾਤਾ ਮੰਗਦੇ ਮੇਰਾ ਮੰਗਦੇ ਆਰਦਾਸਾਂ ਕਰਦੇ ਆ ਸਾਡੇ ਜੁਗੋ ਜੁਗ ਅਟਲ ਸਤਿਗੁਰੂ ਜੀ ਇਹਨਾਂ ਦਾ ਸਤਕਾਰ ਜੇ ਕੋ ਬਿਰਧ ਹੋ ਗਏ ਪ੍ਰਕਾਸ਼ ਯੋਗ ਨਹੀਂ ਰਹੇ ਤੇ ਘਰਾਂ 'ਚ ਹੁਣ ਵੀ ਦੇਖੋ ਨਾ ਕਈ ਹੁਣ ਯੂਰਪ 'ਚ ਤੇ ਜਾਂ ਯੂਕੇ 'ਚ ਮੈਂ ਗੱਲ ਕਰਦਾ ਹਾਂ ਘਰਾਂ 'ਚ ਕਿੰਨੇ ਸਰੂਪੇ ਵਿਰਧ ਗੁਰਦਾਰਾਂ ਚ ਪਏ ਆ ਜੀ ਗੁਟਕਾ ਸਾਹਿਬ ਵੀ ਉਹ 20 ਗਿੰਟ ਪਏ ਆ ਹਾਂ ਜੀ ਕੋਈ ਸਤਿਕਾਰ ਹੋ ਰਿਹਾ ਜੀ ਜਿਹੜੇ ਪੜਨ ਦੇ ਯੋਗ ਨਹੀਂ ਉਹ ਤੋਂ ਪਏ ਉਹਨਾਂ ਦੇ ਮਿੱਟੀ ਚੜ੍ਹ ਜੀ ਨਾ ਅਸੀਂ ਪ੍ਰਕਾਸ਼ ਕਰ ਸਕਦੇ ਹਾਂ ਜੀ ਬਿਲਕੁਲ ਜੀ ਵੀ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਵੈਂਕੂਵਰ ਦੀ ਗੱਲ ਕੀਤੀ ਹੈ ਟੋਰਾਂਟੋ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਜਿਵੇਂ ਯੂਕੇ ਦੀ ਗੱਲ ਕਰੀਏ ਯੂਰਪ ਦੀ ਗੱਲ ਕਰੀਏ ਕਿ ਬਹੁਤ ਸਾਰੇ ਗੁਰਦਆਰੇ ਯੂਰਪ ਦੇ ਵਿੱਚ ਵੀ ਹੈ 800 ਗੁਰਦਾਰਾ ਸਾਹਿਬ ਹੈ ਯੂਕੇ ਸਾਰਾ ਯੂਰਪ ਵਿੱਚ ਹੈ ਤੇ ਇਹਦੇ ਵਾਸਤੇ ਕੋਈ ਸੋਚਿਆ ਤੁਸੀਂ ਵੀ ਇੱਥੇ ਵੀ ਕੋਈ ਸੇਵਾ ਸ਼ੁਰੂ ਕੀਤੀ ਜਾਵੇ ਅਸੀਂ ਇਹ ਸੇਵਾ ਨਿਸ਼ਕਾਮ ਕਰਦੇ ਹਾਂ ਹਾਂਜੀ ਸਾਨੂੰ ਕਿਸੇ ਵੀ ਬੁਲਾਉਂਦੇ ਅਸੀਂ ਨਾ ਕਰਾਇਆ ਮੰਗਦੇ ਹਾਂ ਹਾਂਜੀ ਨਾਗ ਪੇਟਾ ਲੈਣੇ ਆ ਗੁਰੂ ਪਾਤਸ਼ਾਹ ਦਾ ਸਤਿਕਾਰ ਹੋਵੇ ਇਸ ਨੂੰ ਮੁੱਖ ਰੱਖ ਕੇ ਜਿੱਥੇ ਵੀ ਬੁਲਾਉਂਦੇ ਅਸੀਂ ਜਾ ਕੇ ਸੇਵਾ ਕਰਦੇ ਹਾਂ ਜੀ ਇਸ ਲਈ ਅਸੀਂ ਓਪਨ ਆ ਇਥੇ ਦੀਆਂ ਸੋਸਾਇਟੀਆਂ ਸੰਗਤਾਂਵਾਂ ਜੇ ਇਕੱਠੇ ਹੋ ਕੇ ਸੰਪਰਦਾਵਾਂ ਜਿਨ੍ਹਾਂ ਨੇ ਵੀ ਗੁਰਦੁਆਰੇ ਦੇ ਪ੍ਰਬੰਧ ਕਰਨੇ ਇਹ ਸੋਚ ਨੂੰ ਇਹ ਲੈ ਆਉਣ ਹਾਂਜੀ ਤੇ ਜਿੱਥੇ ਵੀ ਸਾਨੂੰ ਕਹਿਣਗੇ ਅਸੀਂ ਉਹਨਾਂ ਦੀ ਇਹ ਸੇਵਾ ਚ ਹਾਜ਼ਰੀ ਭਰਾਂਗੇ ਔਰ ਅੰਗੀਠਾ ਸਾਹਿਬ ਬਣਵਾ ਕੇ ਦੇਾਂਗੇ ਇਸ ਦੇ ਲਈ ਬਹੁਤਾ ਵੱਡਾ ਖਰਚਾ ਨਹੀਂ ਇੱਕ 20 22 ਸੋਨਾ ਦਾ ਇੱਕ ਅੰਗੀਠਾ ਸਾਹਿਬ ਬਣ ਜਾਂਦਾ ਹਾਂਜੀ ਜਿਸ ਵਿੱਚ ਬਹੁਤ ਵੱਡੀ ਗਿਣਤੀ 70 80 ਸਮਰੇ ਸ੍ਰੂਪ ਆ ਸਕਦੇ ਆ 20 22 ਸੋਨਾ ਫੁੱਟ ਦਾ ਇੱਕ ਅੰਗੀਠਾ ਸਾਹਿਬ ਦੀ ਸਪੇਸ ਚਾਹੀਦੀ ਹੈ ਹਾਂ ਇੰਨੀ ਜਗ੍ਹਾ ਚਾਹੀਦੀ ਹੈ ਜੀ ਤੇ ਉਹਦੇ ਲਈ ਪਰਮਿਸ਼ਨ ਲੈਣੀ ਹੁੰਦੀ ਹੈ ਉਹ ਜਿਹੜਾ ਧੂਆ ਹੁੰਦਾ ਉਹ ਔਰ ਰੋਜ਼ ਤੇ ਸੇਵਾ ਹੋਣੀ ਨਹੀਂ ਸਾਲ ਚ ਇੱਕ ਅੱਧੀ ਵਾਰੀ ਹੋਣੀ ਹੈ ਪਰਮਿਸ਼ਨ ਮਿਲ ਜਾਂਦੀ ਆ ਜੀ ਜਿੱਥੇ ਰੋਜ਼ ਦਾ ਇਹ ਕੰਮ ਹੋਵੇਗਾ ਨਾ ਉੱਥੇ ਪ੍ਰੋਬਲਮ ਆਉਣੀ ਆ ਇਹ ਤੇ ਕਦੀ ਕਦੀ ਹੋਣੀ ਸੇਵਾ ਹਾਂਜੀ ਜਦੋਂ ਬਹੁਤ ਸਾਰੀ ਲੋਡ ਪੈ ਗਈ ਉਹ ਤੇ ਸਾਲ ਚ ਇੱਕ ਵਾਰੀ ਕੈਨੇਡਾ ਚ ਸਾਲ ਚ ਇੱਕ ਵਾਰੀ ਹੁੰਦੀ ਹੈ ਸੇਵਾ ਹਾਂਜੀ ਟੋਰਾਂਟੋ ਚ ਵੀ ਜੀ ਉੱਥੇ ਵੀ ਸਰੀ ਚ ਸਰੀ ਚ ਉਹਨਾਂ ਨੇ ਮੁਰਗਾ ਅਗਲੇ ਸਾਲ ਦੇ ਡੇਟਾਂ ਲੈ ਲਿਆ ਹਾਂਜੀ 28 ਜੂਨ ਨੂੰ ਸਰੀ ਚ ਹੋਣੀ ਆ ਜਦੋਂ 2014 ਚ ਹਾਂਜੀ ਤੇ 6 ਜੁਲਾਈ ਨੂੰ ਐਤਵਾਰ ਫਿਰ ਟੋਰਾਂਟੋ ਚ ਹੋਣੀ ਆ ਜੀ ਉੱਥੇ ਜਾ ਕੇ ਫਿਰ ਇਸ ਤਰ੍ਹਾਂ ਇਹ ਸੇਵਾ ਹਰ ਕੰਟਰੀ ਦੇ ਵਿੱਚ ਹੋਣੀ ਚਾਹੀਦੀ ਆ ਸਾਡੇ ਇੰਨੇ ਗੁਰਦੁਆਰੇ ਔਰ ਸਿੱਖ ਸੰਗਤਾਂ ਆਪ ਪਾਠ ਕਰਦੀਆਂ ਘਰਾਂ 'ਚ ਵੀ ਬਾਣੀ ਪੜ੍ਹਦੀਆਂ ਨੇ ਤੇ ਬਹੁਤ ਬਿਰਤ ਗੁੱਟ ਕੇ ਹੁੰਦੇ ਆ ਇੱਥੇ ਵੀ ਕੋਈ ਭਰਾਲਾ ਉਹਨਾਂ ਨੂੰ ਸੰਗਤਾਂ ਨੂੰ ਜਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੰਪਰਦਾਵਾਂ ਨੂੰ ਜਿਹੜੇ ਵੀ ਬਿਠੇ ਆ ਇਹ ਸੋਚ ਬਣਾਉਣੀ ਪਾਉਣੀ ਚਾਹੀਦੀ ਹੈ ਗੁਰੂ ਸਾਹਿਬ ਦੇ ਸਤਿਕਾਰ ਹੋਣੇ ਬਿਲਕੁਲ ਜੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਬਾਬਾ ਨਰਿੰਦਰ ਸਿੰਘ ਜੀ ਹੋਰ ਨੇ ਦੱਸਿਆ ਕਿ ਜਿਵੇਂ ਇੰਡੀਆ ਦੇ ਵਿੱਚ ਗੋਇੰਦਵਾਲ ਸਾਹਿਬ ਹੋਰ ਵੀ ਕਈ ਸਥਾਨਾਂ ਦੇ ਉੱਤੇ ਦਿੱਲੀ ਦੇ ਵਿੱਚ ਵੀ ਜੋ ਅੰਗੀਠਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਵੈਂਕੂਵਰ ਟੋਰਾਂਟੋ ਉੱਥੇ ਵੀ ਅੰਗੀਠਾ ਸਾਹਿਬ ਬਣਾ ਕੇ ਸੇਵਾ ਚੱਲ ਰਹੀ ਹੈ ਯੂਰਪ ਦੇ ਵਿੱਚ ਵੀ ਲੋੜ ਹੈ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ 800 ਦੇ ਕਰੀਬ ਗੁਰਦਸਾਭੇ ਆ ਤੇ ਜ਼ਰੂਰਤ ਹੈ ਕਿ ਇੱਥੇ ਵੀ ਅੰਗੀਠਾ ਸਾਹਿਬ ਬਣਾਇਆ ਜਾਏ ਗੁਰਦਾਰ ਪ੍ਰਬੰਧ ਕਮੇਟੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਗੁਰਦਾਰ ਪ੍ਰਬੰਧਕ ਕਮੇਟੀ ਇਸ ਸੇਵਾ ਵਾਸਤੇ ਛੋਟੇ ਜਿਹੇ ਸਥਾਨ ਦੀ ਲੋੜ ਹੈ ਉਹ ਪ੍ਰੋਵਾਈਡ ਕਰਾਵੇ ਔਰ ਇਹਦੇ ਵਾਸਤੇ ਜੋ ਮਾਇਆ ਲੱਗਣੀ ਹੈ ਉਹਨੂੰ ਤਿਆਰ ਕਰਨ ਵਾਸਤੇ ਉਹਦੇ ਵਾਸਤੇ ਸਾਰੀਆਂ ਸੰਗਤਾਂ ਤਿਆਰ ਨੇ ਸਾਡੇ ਕੋਲ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਕੋਲ ਆਏ ਹੈ ਕਿ ਉਹ ਇਹਦੇ ਵਿੱਚ ਹਿੱਸਾ ਪਾਉਣ ਨੂੰ ਤਿਆਰ ਹੈ ਪਰ ਇੱਕ ਜਗ੍ਹਾ ਦੀ ਲੋੜ ਹੈ ਗੁਰਦਾਰ ਪ੍ਰਬੰਧਕ ਕਮੇਟੀ ਕੋਈ ਵੀ ਅੱਗੇ ਆਵੇ ਇਹ ਮਹਾਨ ਸੇਵਾ ਸਤਿਗੁਰਾਂ ਦੇ ਸਤਕਾਰ ਵਾਸਤੇ ਅੰਗੀਠਾ ਸਾਹਿਬ ਦੀ ਉਹਦੇ ਵਾਸਤੇ ਸੀ ਜਰੂਰ ਬੇਨਤੀ ਕਰਾਂਗੇ ਤੁਸੀਂ ਅੱਗੇ ਆਓ ਤੁਸੀਂ ਬਾਬਾ ਜੀ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਜੇ ਪ੍ਰਬੰਧਕ ਕਮੇਟੀਆਂ ਇਸ ਬਾਰੇ ਇਹ ਕਾਰਜ ਗੁਰੂ ਖੰਦ ਸਾਹਿਬ ਜੀ ਦੇ ਸਤਿਕਾਰ ਦਾ ਵਾ ਜੀ ਅਸੀਂ ਸਾਰੇ ਸਿੱਖ ਗੁਰੂ ਸਾਹਿਬ ਦੇ ਸਿੱਖਾਂ ਜੀ ਸਾਡਾ ਫਰਜ਼ ਹੈ ਦਾ ਸਤਿਕਾਰ ਕਰੀਏ ਆਪ ਸੇ ਇਹਨਾਂ ਮਿਲ ਕੇ ਸਾਰੀਆਂ ਸੰਪਰਦਾਵਾਂ ਜੀ ਇਹ ਸੋਚ ਬਣਾ ਲੈਣ ਬੇਕਾਰਜ ਬਹੁਤ ਜ਼ਰੂਰੀ ਹੈ ਹਾਂਜੀ ਔਰ ਮਹਨ ਗੁਰਮਾਹ ਦੇ ਸਰੂਪ ਘਰਾਂ ਚ ਜਾ ਗੁਰਦਾਰ ਸਾਹਿਬ ਪਏ ਆ ਇਹ ਆਪਾਂ ਪ੍ਰਕਾਸ਼ਯੋਗ ਨਹੀਂ ਹੈਗੇ ਤੇ ਗੁਰਦਾਰ ਸਾਹਿਬ ਵੀ ਬਹੁਤ ਪਏ ਆ ਜਲਦੀ ਤੋਂ ਜਲਦੀ ਇਹ ਸੇਵਾ ਕੀਤੀ ਜਾਵੇ ਅਸੀਂ ਉਹਨਾਂ ਦੇ ਇਸ ਕਾਰਜ ਦੇ ਵਾਸਤੇ ਤਿਆਰ ਆ ਜਦੋਂ ਵੀ ਬੁਲਾਉਣਗੇ ਅਸੀਂ ਹਾਜ਼ਰ ਹੋ ਕੇ ਇੰਕਸ਼ਾਦਾ ਬਣਾ ਕੇ ਜੀ ਜਿਹੜਾ ਤਰੀਕਾ ਟੰਗ ਹਾਂਜੀ ਗੋਇੰਦਵਾਲ ਸਾਹਿਬ ਬਣ ਰਿਹਾ ਚੱਲ ਰਿਹਾ ਉਹੀ ਇੱਥੇ ਪਰਵਾਨਿਤ ਸੇਵਾ ਜਿਹੜੀ ਸ਼ਰਮਣੀ ਕਮੇਟੀ ਖਾਲਸਾ ਤਖਤ ਤੋਂ ਲਵਾਂ। ਬਿਲਕੁਲ ਜੀ। ਉਹੀ ਕਾਰਜ ਇੱਥੇ ਤਰ੍ਹਾਂ ਹੋਊਗਾ। ਬੜੇ ਸਤਿਕਾਰ ਨਾਲ ਸੇਵਾ ਹੋਵੇ ਤੇ ਗੁਰੂ ਸਾਹਿਬ ਦੇ ਸਤਿਕਾਰ ਸਭ ਤੋਂ ਪਹਿਲਾ ਕਾਰਜ ਹੀ ਗੁਰੂ ਦੀ ਬਾਣੀ ਤੇ ਗੁਰੂ ਦੇ ਸਤਿਕਾਰ ਦਾ ਹੈ। ਤੇ ਜਿਹੜਾ ਸ਼ਾਦੀ ਦੇ ਕਾਢਾਂ ਤੇ ਮਰਨ ਭੋਗਾਂ ਤੇ ਅਖੋ 12 ਚ ਜਿਹੜੀ ਬਾਣੀ ਆਉਂਦੀ ਹੈ। ਮੈਂ ਇਸ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦਾ ਉਹ ਵੀ ਸੰਭਾਲ ਕੇ ਰੱਖਣ ਨਾਲ ਗੁੜੀ ਸਿੱਟਣ। ਹਾਂਜੀ। ਔਰ ਸਭ ਤੋਂ ਵੱਡੀ ਗੱਲ ਤੇ ਹੈ ਇਵੇਂ ਬੇਨਤੀ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਕੀਤੀ ਆ ਵੀ ਇਹ ਹੁਕਮ ਨਾਮ ਕੱਢਣ ਜੀ ਇਹ ਗੁਰੂ ਦੀ ਬਾਣੀ ਹਰ ਜਗ੍ਹਾ ਤੇ ਅਖਬਾਰਾਂ ਚ ਨਾ ਜਾਵੇ ਲੈਟਰਾਂ ਚ ਨਾ ਜਾਵੇ ਕਿ ਰੱਦੀ ਦੀਆਂ ਅਖਬਾਰਾਂ ਵੰਡ ਕੇ ਜੀ ਦੁਕਾਨਾਂ ਪਕੌੜਿਆਂ ਵਾਲੇ ਕੋਲ ਜਾਂਦੀਆਂ ਬਹੁਤ ਬੇਅਦਬੀ ਹੁੰਦੀ ਆ ਸਾਡਾ ਫਰਜ਼ ਆ ਸੋ ਇਸ ਲਈ ਜਦੋਂ ਵੀ ਤੁਹਾਡੇ ਕਿਥੇ ਕਿਸੇ ਵੀ ਸੰਪਰਦਾਵਲੋਂ ਜਾਂ ਕਿਸੇ ਵੀ ਗੁਰਦਾਰ ਸਾਹਿਬ ਵੱਲੋਂ ਹਾਂਜੀ ਇਹ ਗਠਜਾ ਬਣਾਉਣ ਦੇ ਵਾਸਤੇ ਸਾਨੂੰ ਬੁਲਾਇਆ ਜਾਊਗਾ ਜੀ ਅਸੀਂ ਸਤਿਗੁਰ ਦੀ ਇਹ ਵੱਡੀ ਸੇਵਾ ਮੰਨ ਕੇ ਦਾਸਾ ਭਾਵਿਸ਼ ਹੋ ਕੇ ਇਹ ਸੇਵਾ ਕਰਨ ਵਾਸਤੇ ਤਿਆਰ ਹਾਂ ਬਿਲਕੁਲ ਜੀ ਬਹੁਤ ਜੇ ਚਲ ਅਸੀਂ ਕੋਈ ਭੇਟਾ ਨਹੀਂ ਮੰਗਦੇ ਹਾਂਜੀ ਨਾ ਕੋਈ ਖਰਚਾ ਸਾਡਾ ਹੋਊਗਾ ਸਤਿਗੁਰ ਦੀ ਕਿਰਪਾ ਨਾਲ ਇਹ ਸਾਨੂੰ ਇਹ ਅਯੋਗ ਕੀਤਾ ਹੋਇਆ ਮਹਾਰਾਜ ਨੇ ਹਾਂਜੀ ਤਾਂ ਕਿ ਅਸੀਂ ਸੇਵਾ ਕਰ ਸਕੀਏ ਬਹੁਤ ਵਧੀਆ ਜੀ ਬਾਬਾ ਜੀ ਤੁਸੀਂ ਦੱਸਿਆ ਇੱਥੇ ਪ੍ਰਾਪਤ ਹੋਣਗੇ ਅੱਛਾ ਜੀ ਤੇ ਬਾਬਾ ਜੀ ਹੁਣ ਤੁਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਹੋਰ ਕੀ ਸੰਖਤ ਮੈਸੇਜ ਕੀ ਦੇਣਾ ਚਾਹੋਗੇ ਕੋਈ ਮੈਸੇਜ ਹੈ ਕਿ ਆ ਫਿਰ ਉਸ ਨੂੰ ਦੁਬਾਰਾ ਰੀਪੀਟ ਕਰਾਵਾਂ ਜੀ ਅਸੀਂ ਸਾਰੇ ਸਿੱਖ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖਾ ਜੀ ਕਿਸੇ ਵਿਅਕਤੀ ਦੇ ਨਹੀਂ ਜੀ ਤੇ ਇਹ ਸਾਡਾ ਸਤਿਗੁਰੂ ਜੁਗੋ ਜੁਗਟਾਲਾ ਹੁਣ ਹਾਂਜੀ ਹੁਣ ਇਸ ਗੁਰੂ ਦੇ ਹੁੰਦੇ ਆ ਹੋਰ ਕਿਸੇ ਗੁਰੂ ਨੇ ਨਹੀਂ ਜੀ ਆਉਣਾ ਭਾਵੇਂ ਕੋਈ ਸਰੀਰ ਹਾਂਜੀ ਹਵਾ ਚੁੜੇ ਪਾਣੀ ਦੇ ਤੁਰੇ ਮਰਦੇ ਨੂੰ ਜਿੰਦਾ ਕਰ ਦੇਵੇ ਉਹ ਕਰਾਮਾਤੀ ਕੋਈ ਵਿਅਕਤੀ ਤਾਂ ਹੋ ਸਕਦਾ ਪਰ ਸਿੱਖ ਦਾ ਗੁਰੂ ਨਹੀਂ ਹੋ ਸਕਦਾ ਇਹ ਜੁਗੋ ਜੁਗਟਾਲ ਸਾਡਾ ਮੁਕਤੀ ਦਾ ਦਾਤਾ ਹੈ ਪਰਮੇਸ਼ਰ ਗੁਰੂ ਪਰਮੇਸ਼ਰ ਹੈ ਤੇ ਗੁਰੂ ਗੁਰਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਇਹਦੀ ਸਾਡਾ ਫਰਜ਼ ਹੈ ਸਾਡਾ ਪਿਆਰ ਗੁਰੂ ਪਰ ਪ੍ਰਤੀ ਸਤਿਕਾਰ ਬਣੇ ਔਰ ਅਸੀਂ ਇਹ ਕਾਰਜ ਜਿਹੜੀ ਸੇਵਾ ਦਾ ਗੁਰੂ ਸਾਹਿਬ ਦੇ ਪਾਵਨ ਬਿਰਤ ਸਰੂਪ ਕੋਟ ਕੇ ਪੋਥੀਆਂ ਦੀ ਅਗਨ ਪੇੜ ਦਾ ਸੇਵਾ ਦਾ ਕਾਰਜ ਹੈ ਉਹ ਇੱਕ ਅੰਗੀਠਾ ਸਾਹਿਬ ਜਿਹੜਾ ਕਿ ਜਿਹਦੇ ਦੀ ਕਿ ਲਾਗਤ ਕੋਈ ਨਹੀਂ ਜਿਆਦੇ ਕੋਈ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇੱਥੇ ਬਣੇ ਅਸੀਂ ਉਹ ਸੇਵਾ ਵਾਸਤੇ ਹਾਜ਼ਰ ਹੋਵਾਂਗੇ ਜੀ ਸਾਹਿਬ ਜਿਹੜੀ ਮਰਿਆਦਾ ਅਕਾਲ ਤਖਤ ਸਾਹਿਬ ਨੇ ਉਹ ਨਾਲ ਮਿਲ ਕੇ ਸਾਡੀ ਉੱਥੇ ਬਣੀ ਹੋਈ ਹੈ ਉਹਨਾਂ ਨੇ ਪਾਸ ਕੀਤੀ ਆ ਉਸੇ ਮਰਿਆਦਾ ਨਾਲ ਇਹ ਸੇਵਾ ਇੱਥੇ ਵੀ ਹੋ ਸਕਦੀ ਹੈ ਜੀ ਅਸੀਂ ਹਾਜ਼ਰ ਹਾਂ ਜਦੋਂ ਵੀ ਕੋਈ ਸੰਸਥਾ ਸਾਾਨੂੰ ਬੁਲਾਵੇ ਤੇ ਬਾਬਾ ਜੀ ਤੁਹਾਡੀ ਕੋਈ ਵੈਬਸਾਈਟ ਜਿੱਥੋਂ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਹੋਵੇ ਹਾਂ ਸਾਡੀ ਵੈਬਸਾਈਟ ਹੈ ਪ੍ਰਭੂ ਸੇਵਾ ਸਿਮਰਨ.com ਜੀ ਪ੍ਰਭੂ ਸੇਵਾ ਸਿਮਰਨ.com ਇਹਦੇ ਸਾਰੀਆਂ ਸਾਡੇ ਸੀੜੀਆਂ ਨੇ ਬਹੁਤ ਸਾਰੀਆਂ ਪ੍ਰਚਾਰ ਦੇ ਤੌਰ ਤੇ ਸਿਮਰਨ ਸਬਜੈਕਟ ਤੇ ਲੈ ਕੇ ਅਸੀਂ ਆਪ ਬੋਲਦੇ ਜਿਹੜਾ ਰਿਕਾਰਡਡ ਨੇ ਜੀ ਸੇਵਾ ਦੇ ਸਥਾਨ ਸਾਰੇ ਇਹਦੇ ਚ ਹੈਗੇ ਆ ਤੇ ਹੋਰ ਕਾਲ ਤਖਤ ਵੱਲੋਂ ਜਿਹੜੀ ਸੇਵਾ ਸਾਨੂੰ ਮਿਹਰਬਤ ਬਾਰੇ ਉਹਨਾਂ ਨੇ ਬੋਲਿਆ ਹੋਇਆ ਹੋਰ ਸਥਾਨਾਂ ਦੇ ਉੱਤੇ ਜਿੱਥੇ ਜਿੱਥੇ ਸੇਵਾ ਹੋ ਰਹੀ ਹੈ ਉਹ ਸਾਰਿਆਂ ਦਾ ਸਬਜੈਕਟ ਹੈਗਾ ਵਿੱਚ ਬਿਲਕੁਲ ਜੀ ਜੀ ਸੰਗਤਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੈਬਸਾਈਟ ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਸਿੱਖ ਚੈਨਲ ਤੇ ਫੋਨ ਕਰਕੇ ਵੀ ਬਾਬਾ ਜੀ ਹਰਾਂ ਦੀ ਇਸ ਸੰਸਥਾ ਦੀ ਸਾਰੀ ਤੁਸੀਂ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਸੇਖਿਆਨਲ ਸਟੂਡੀਓ ਤੇ ਆ ਕੇ ਸਾਰੀ ਇਹ ਜਾਣਕਾਰੀ ਦਿੱਤੀ ਹੈ ਤੇ ਸੰਗਤਾਂ ਨੂੰ ਬੇਨਤੀ ਕਰਦੀ ਏ ਅੱਜ ਜੇ ਅਸੀਂ ਪੂਰੇ ਸੰਸਾਰ ਤੇ ਪੰਜਾਬ ਦੇ ਵਿੱਚ ਅਗਰ ਝਾਤੀ ਮਾਰਦੇ ਆ ਪਖੰਡੀ ਡੰਬੀ ਬਹੁਤ ਮਿਲ ਜਾਣਗੇ ਜਿਹੜੇ ਗੁਰੂ ਦਾ ਨਾਮ ਵਰਤ ਕੇ ਆਪਣੇ ਨਾਲ ਜੋੜਦੇ ਆ ਤੇ ਸਤਗੁਰਾਂ ਦੀ ਅਪਾਰ ਬਖਸ਼ਿਸ਼ ਹੈ ਬਾਬਾ ਨਰਿੰਦਰ ਸਿੰਘ ਉਹਨਾਂ ਦੀ ਕਿ ਜੋ ਸਾਰਿਆਂ ਨੂੰ ਸਤਗੁਰਾਂ ਦੇ ਨਾਲ ਜੋੜਦੇ ਆ ਕੋਈ ਪਖੰਡ ਨਹੀਂ ਕੋਈ ਵਹਿਮ ਕੋਈ ਪਰਮਚਾਰ ਕਿਸੇ ਨੂੰ ਪਾਇਆ ਨਹੀਂ ਜਾਂਦਾ ਵਹਿਮਾਂ ਪਰਮਾਂ ਤੋਂ ਕੱਢ ਕੇ ਪਖੰਡੀਆਂ ਦੱਬੀਆਂ ਨਾਲ ਤੋੜ ਕੇ ਕਬਰਾਂ ਨਾਲ ਤੋੜ ਕੇ ਸੱਚੇ ਸਤਗੁਰਾਂ ਦੇ ਲੜ ਲਾਇਆ ਜਾਂਦਾ ਤੇ ਇਹੋ ਜਿਹੇ ਮਹਾਪੁਰਸ਼ਾਂ ਦੀ ਇਹੋ ਜਿਹੇ ਗੁਰਸਿੱਖ ਪਿਆਰਿਆਂ ਦਾ ਸਾਨੂੰ ਵੀ ਜ਼ਰੂਰਤ ਹੈ ਕਿ ਸਾਡਾ ਫਰਜ ਬੰਦਾ ਹੈ ਕਿ ਅਸੀਂ ਇਹਨਾਂ ਦਾ ਸਾਥ ਦਈਏ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੇ ਇਸ ਸੇਵਾ ਦੇ ਵਿੱਚ ਆਪਣਾ ਵੀ ਬੰਦਾ ਯੋਗਦਾਨ ਪਾਈਏ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਖਾਸ ਤੌਰ ਤੇ ਯੂਰਪੀਆਂ ਨੂੰ ਕਿ ਆਪਾਂ ਯੂਰਪ ਦੇ ਵਿੱਚ ਵੀ ਅੰਗੀਠਾ ਸਾਹਿਬ ਦੀ ਜਿਹੜੀ ਸੇਵਾ ਕਰਨੀ ਹੈ ਉਹਦੇ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਹੈ ਕਿ ਉਹ ਸਥਾਨ ਪ੍ਰੋਵਾਈਡ ਕਰਨ ਸੰਗਤਾਂ ਰਲ ਕੇ ਦੀ ਸੇਵਾ ਕਰਨਗੇ ਬਾਬਾ ਜੀ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਵੱਲੋਂ ਕਿ ਤੁਸੀਂ ਆ ਕੇ ਸਾਰੇ ਇਨਫੋਰਮੇਸ਼ਨ ਦਿੱਤੀ ਹੈ ਤੇ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਆਂ ਸਤਿਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਇਸ ਸੇਵਾ ਦੇ ਵਿੱਚ ਹੋਰ ਵੀ ਤੁਸੀਂ ਵੱਧ ਚੜ ਕੇ ਸੇਵਨ ਬੰਦੇ ਰਹੋ ਤੇ ਅਸੀਂ ਵੀ ਤੁਹਾਡੇ ਨਾਲ ਲੱਗ ਕੇ ਤੇ ਆਪਣੇ ਆਪ ਨੂੰ ਸਫਲਿਆ ਕਰ ਸਕੀਏ ਇਸ ਸੇਵਾ 'ਚ ਸ਼ਾਮਲ ਹੋ ਕੇ ਮੈਂ ਵੀ ਸਿੱਖ ਚੈਨਲ ਵੱਲੋਂ ਜੋ ਹੈ ਸਭ ਜਣ ਦੇ ਕੇ ਜਿਸ ਤਰ੍ਹਾਂ ਆਪ ਖੁਦ ਇਹ ਕਹਿ ਰਹੇ ਹੋ ਸੰਗਤਾਂ ਨੂੰ ਵੀ ਮੈਂ ਬਹੁਤ ਖੁਸ਼ੀ ਮੈਨੂੰ ਮਹਿਸੂਸ ਕਰਦਾ ਇਹ ਸੱਚੇ ਕਾਰਜਵਾਰ ਇਸ ਵੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਸਤਿਗੁਰੂ ਇਸ ਚੈਨਲ ਨੂੰ ਤੁਹਾਨੂੰ ਸਾਰਿਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਔਰ ਗੁਰੂ ਘਰ ਦੀ ਸੇਵਾ ਹੋਰ ਚੜ੍ਹਦੀ ਕਲਾਂ ਜ ਕਰੋ ਔਰ ਸਿਕੀ ਦੀ ਚੜ੍ਹਦੀ ਕਲਾਈ ਦੇਖੀਏ ਸਾਡਾ ਜੀਵਨ ਪ੍ਰਾਤਨ ਸਿਖਾਂ ਵਾਲਾ ਹੋ ਜਾਏ ਵਾਹਿਗੁਰੂ ਮੈਂ ਤੇ ਸੋਚ ਲਿਆ ਕਿ ਆਇਆ ਸੀਗਾ ਤੁਹਾਡਾ ਧੰਨਵਾਦ ਆ ਤੁਸੀਂ ਸਮਾਂ ਦਿੱਤਾ ਔਰ ਇਹ ਕਾਰਜ ਵਾਸਤੇ ਤੁਸੀਂ ਜਤਨਸ਼ੀਲ ਹੋ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ